ਕਾਲੀ ਜੀ ਤਿਲਕਣਪੁਰੇ ਵਾਲੀ ਹਾਂ ਰਲੇ ਦੇ ਘਰ ਵਾਲੀ ਹਾਂ ਤੈਨੂੰ ਪਤਾ ਨਹੀਂ ਤੂੰ ਨਾਲ ਤਾਂ ਗਿਆ ਸੀ ਹੈ ਓਏ ਉਹ ਨਾਲ ਤਾਂ ਲੈ ਕੇ ਗਿਆ ਬਾਪੂ ਤੈਨੂੰ ਫਿੱਟ ਰੇੜੇ ਤੇ ਉਹ ਮੋ ਗੱਪ ਮਰੀ ਜਾਂਦੇ ਨੇ ਯਾਰ ਮੈਂ ਗਿਆ ਨਾਲ ਯਾਰ ਗਿਆ ਸੀ ਬਾਪੂ ਤੂੰ ਤੈਨੂੰ ਰੇੜੇ ਤੇ ਤਾਂ ਪੱਠਾ ਕਿਵੇਂ ਗਏ ਸੀਗੇ ਮਰੇ ਖਪਿਆਂ ਤੇ ਕੋਈ ਗੱਪ ਨਹੀਂ ਹੁੰਦੇ ਭੈਣ ਚੋਦੋ ਗੱਡੀ ਘਰੇ ਖੜੀ ਤੁਸੀਂ ਮੈਨੂੰ ਰੇੜੇ ਤੇ ਲੈ ਗਿਆ ਯਾਰ ਆ ਨਹੀਂ ਆਉਂਦਾ ਸੀ ਪੀੜਾ ਜਾ ਬੱਚਾ ਓਏ ਤਾਂ ਤੇਰਾ ਪੱਕਾ ਸਾਥੀ ਸੀ ਬਾਪੂ ਸਾਰਾ ਤਾਂ ਤੂੰ ਪਿੰਡ ਗਾਤਾ ਇਥੇ ਐ ਜੇ ਕਰੀ ਜਾਂਦਾ ਹੁੰਦਾ ਸੀ ਬਹਿ ਕੇ ਤੇ ਅੱਛਾ ਹਾਂ ਮੇਰੀ ਨਹੀਂ ਯਾਰ ਕਿਵੇਂ ਮਰ ਗਈ ਉਹ ਕੁਝ ਖਾ ਖੂ ਗਈ ਬੈਤਲਾ ਕਹਿੰਦੇ ਟੈਕ ਆ ਗਿਆ ਪਤਾ ਨਹੀਂ ਹੁਣ ਤਾਂ ਟੈਕ ਆ ਗਿਆ ਬਾਪੂ ਅੱਛਾ ਹਾਂ ਚੰਗੀ ਸੀ ਕਾਲੀ ਜੀ ਉਹ ਤਾਂ ਭਾਈ ਤੂੰ ਕਹਿਣਾ ਵਿੱਚ ਹੋ ਰਿਹਾ ਹੁਣ ਹੀ ਲੱਗਾ ਤੂੰ ਲੱਛਣ ਕਰਨ ਮੈਂ ਤਾਂ ਉਹ ਕਹਿਣਾ ਵਿਚਾਰਾ ਰੜਾ ਕੀ ਕਰੂ ਪਰ ਉਹਦੇ ਕੋਲ ਤੇ ਇੱਕ ਹੋਰ ਹੈਗੀ ਦੇਖ ਲੈ ਪਤਾ ਕਰ ਲੋ ਉਹਨੂੰ ਲੋਟ ਚੋਰ ਚੋਰਿਆ ਚੋਰਿਆ ਕਿੱਧਰ ਗਿਆ ਸੀ ਅੱਜ ਕਿਧਰੇ ਨਹੀਂ ਗਿਆ ਮੈਂ ਤਾਂ ਪੰਜਵੀਂ ਬੋਰਡ ਦਾ ਪਤਾ ਕਰਦਾ ਪੜਾ ਕਿਹੜੇ ਭੈਣ ਚੋਰ ਨੇ ਭਾਈ ਤੂੰ ਬੇਬੇ ਕੰਮ ਇਹ ਕੋਈ ਮੋਰੀ ਕਰਦਾ ਪੜਾ ਬਾਹਾਂ ਕਰਦਾ ਬੋਟਾ ਪਾ ਸਾਡੀਆਂ ਤਾਂ ਸਾਰੀਆਂ ਨੇ ਬੋਟਾ ਸੀ ਪੁੱਛ ਦੇ ਕਿੱਡੀ ਕਾਦੀ ਪੁੱਛ ਮੁਸਤਾਦੀ ਤੂੰ ਆਪ ਹੀ ਦੇਖ ਲਾ ਦੇ ਪੁੱਤ ਲੈ ਮੈਂ ਕੀ ਚੱਤਰ ਦੇ ਦੇਖੀ ਜਾਣਾ ਇਹਦੇ ਤੂੰ ਪਾਛੀ ਹੈ ਬੰਦਾ ਹੈ ਨਾ ਓਏ ਬੰਦਾ ਰੱਖ ਰੱਖ ਦੇ ਰੱਖ ਦੇ ਆ ਉੱਤੇ ਕੀ ਲਿਖਿਆ ਪੁੱਤੇ ਦੇ ਉੱਤੇ ਦੇ ਫਾਰਸੀ ਭਾਸ਼ਾ ਲਿਖੀ ਆ ਬਾਪੂ ਹੈ ਇਹ ਤਾਂ ਕਿਸੇ ਸਿਆਣੇ ਨੂੰ ਪੜਾਉਣਾ ਬੂ ਕੀ ਲਿਖਿਆ ਹਾਂ ਉਹ ਕੀ ਲਿਖਿਆ ਹੋਣਾ ਬਾਪੂ ਦੇ ਟੋਬੇ ਵਾਲਾ ਕੱਛੂ ਆ ਯਾਰ ਇਹ ਓਏ ਮਰ ਜਾਂਦੇ ਆਪਾਂ ਕਈ ਪੁੱਤੇ ਦੇ ਬਾਅਦ ਤੇ ਵਧੀਆ ਨਵੀਂ ਖੇਲ ਬਣਾਓ ਇੱਕ ਤਾਂ ਬਾਪੂ ਬਸ ਇਹਨੂੰ ਪੱਠਲ ਜੀ ਛੱਡ ਦੇਣਾ ਖੇਲ ਨਾ 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 ਮਾਸ ਮੂਸ ਪਾਇਆ ਕਰਾਂਗੇ ਇਹਨੂੰ ਦੇਖ ਲੈ ਬੇਬੇ ਚੌਰੇ ਮੈਸਾਂ ਛੱਡ ਕੇ ਹੁਣ ਇਹਨਾਂ ਤੇ ਆਜੋ ਜਾਨਵਰਾਂ ਤੇ ਪੱਕਾ ਇਹਨਾਂ ਮਾਰ ਗਿਆ ਬਦਾਮ ਖਵਾਉਣੇ ਨੇ ਹਫਤੇ 'ਚ ਮੈਂ 4 ਵਾਰੀ ਭਾਫ ਲਿਆ ਬਦਾਮ ਤਾਂ ਬਾਪੂ ਸਾਨੂੰ ਆਪ ਨੂੰ ਨਹੀਂ ਮਿਲਦੇ ਯਾਰ ਸਾਨੂੰ ਖਵਾਇਆ ਕਿਤੇ ਬਦਾਮ ਇੱਕ ਬਦਾਮ ਨਾਲ ਹੀ ਟੱਕੀ ਨਿਕਲੀ ਤੂੰ ਤੰਨੇ ਭਾਲਦੇ ਹੋ ਭੈਣ ਦੇ ਯਾਰ ਮੈਂ ਤਾਂ ਛੱਡ ਕੇ ਆਉਣਾ ਇਹਨੂੰ ਛੱਡ ਕੇ ਆਏਗਾ ਭੈਣ ਦੇ ਯਾਰ 50 ਲੱਖ ਦਾ ਕੱਛੂ ਹੈ ਮੈਂ ਤਾਂ ਉੱਥੇ ਟੋਬੇ 'ਚ ਛੱਡ ਕੇ ਆਉਣਾ ਕਮਲ ਨਾਮ ਮਾਰ ਗਿਆ ਜੀ ਭੈਣ ਦੇ ਆਪਾਂ ਨੂੰ ਫੇਰ 2-4 ਦਿਨਾਂ ਨੂੰ ਭਜਾਈ ਫਿਰੂਗਾ ਕਿਹੜੇ ਕੱਛੂ ਤੇ ਲਿਖਿਆ ਹੁੰਦਾ ਨਾ ਉੱਤੇ ਇੱਕ ਕੱਛੂ ਨਹੀਂ ਮਿਲਦਾ ਕਿਹੜਾ ਲੈ ਕੇ ਆਇਆ ਸੀ ਇਹ ਤਾਂ ਬਾਪੂ ਲੱਖ ਹੀ ਲੈ ਕੇ ਆਇਆ ਸੀਗਾ ਉਹਨਾਂ ਨੇ ਮੈਂ ਲੈ ਕੇ ਆਇਆ ਮੇਰਾ ਗੱਗੂ ਮੱਗੂ ਮੇਰਾ ਬਰਾ ਮਰਜਾ ਗੱਗੂ ਮੱਗੂ ਕੋਟ ਪੈਂਟ ਸੀ ਮੇਰੇ ਪੁੱਤ ਨੂੰ ਜਿਆਲਾ ਚੰਗਾ ਪੁੱਤ ਖਰੀਦਾ ਬੇਬੇ ਮੈਨੂੰ ਹੁਣੇ ਖਰੀਦਣ ਮੇਰਾ ਵਾਲਾ ਜਾਣਾ ਮੇਰੇ ਗੱਗੂ ਮੈਨੂੰ ਕੀ ਦਵਾਏਗਾ ਤੈਨੂੰ ਵੀ ਦਵਾਉਂ ਪੁੱਤ ਜਾ ਕੇ ਤੇ ਮੇਰੇ ਪੁੱਤ ਮੈਂ ਪ੍ਰਿੰਟ ਡਰ ਗਿਆ ਸੀ ਭੈਣ ਦੀ ਛੋਲੀ ਗਣੀ ਸਿਵਿਆ ਚ ਲੱਤਾਂ ਨੇ ਸੜੀ ਬਣੀਆਂ ਕਲਾਕਾਰੀ ਦੀ ਤੈਨੂੰ ਕੀ ਲੈਣਾ ਹੁਣ ਮੈਨੂੰ ਵੀ ਦਵਾਈ ਕੁਛ ਨਾ ਕੁਛ ਇੰਨਾ ਸੂਟ ਲੈ ਕੇ ਦੇ ਤੈਨੂੰ ਆਪ ਕਿੰਨਾ ਚ ਹੋਗਾ ਪਟਿਆ ਭਾਈ ਬੰਦੀ ਮੇਰੇ ਵਾਸਤੇ ਕੁਛ ਲਿਆਂਦਾ ਇਹ ਮੇਰਾ ਪੁੱਤ ਪ੍ਰਿੰਟਾ ਲਿਆਉਂਦਾ ਇਹ ਮੇਰੇ ਵਾਸਤੇ ਕੱਛੂ ਲਿਆ ਸੂਟੀ ਨਹੀਂ ਹੈ ਮਾਰ ਦੇ ਨਾ ਤੂੰ ਮਰਿਆ ਪਈ ਮੈਂ ਤਾਂ ਗੱਲ ਘੁੱਟਣਾ ਸੀ ਉਦੋਂ ਮੈਂ ਮੇਰਾ ਗੱਗੂ ਐ ਮੇਰਾ ਮੱਗੂ ਬਿੰ ਚੌਰਿਆ ਆ ਗੱਗੂ ਮੱਗੂ ਲੱਗ ਕੇ ਕੀਤਾ ਨਹੀਂ ਐ ਭੈਣ ਚੋ ਦੀ ਜਾਨ ਤੇ ਨਹੀਂ ਬਚਾਈ ਐ ਕੱਛੂ ਪਾਤੀ ਤਾਂ ਵਧੀਆ ਮਿਲ ਗਿਆ ਬਾਪੂ ਕੱਛੂ ਪਾਤੀ ਪੂਰਾ ਨਰਵਾ ਮੇਰਾ ਸਾਲਾ 2.5 ਸਾਲਾਂ ਦਾ ਤਾਂ ਹੋਊ ਇਹ ਵੀ ਤੂੰ ਉਮਰਾਂ ਤੋਂ ਕੀ ਲੈਣਾ ਲੋਟ ਹੋ ਗਿਆ ਤੂੰ ਹਾਂ ਓ ਚੱਲ ਫਿਰ ਇਹਨੂੰ ਰੱਖ ਦੋ ਉਧਰ ਫਿਰ ਪਾਵਾਂ ਮੈਂ ਜਾਂ ਕੀ ਰੱਖਿਆ ਨਾਲ ਪੈ ਜਾ ਨਾਲ ਹੀ ਪਾਲਾ ਬਾਪੂ ਨਾਲ ਨੂੰ ਭੈਣ ਦੇ ਯਾਰ ਤੀਵੀਂ ਇਹ ਹੈ ਤੀਵੀਂ ਬੋਲਦਾ ਮੈਂ ਤਾਂ ਉਹਨੂੰ ਕਿਹਾ ਵੀ ਨਾਲ ਪਾ ਕੇ ਮੈਂ ਜਾਨਵਰ ਤੋਂ ਕੀ ਲੈਣਾ ਮੇਰਾ ਸਾਲਾ ਪੈੜਾ ਦਾਤੀ ਕਰਦਾ ਡੀ ਐ ਐਂ ਪਾੜੂ ਭੈਣ ਦੀ ਬੁੱਧੀ ਕਹਿੰਦਾ ਰਾਤ ਨੂੰ ਚਾਦਰਾ ਤੂੰ ਪਾੜ ਮੇਰਾ ਉਧਰ ਕਿਤੇ ਭੱਜ ਨਾ ਜਾਵੇ ਇੱਥੇ ਨਾਲ ਪਿਆ ਰਹੀ ਇਹਦੇ ਨਾਲ ਨੂੰ ਨਹੀਂ ਪੈੜਾ ਜਾਨਵਰ ਹੁੰਦਾ ਦਾਤੀ ਕਰਦਾ ਇਹ ਕਰਦਾ ਦਾਤੀ ਮੈਨੂੰ ਤਾਂ ਦੀਦੀ ਨਹੀਂ ਦੀ ਦਾਤੀ ਦਾਤੀ ਤੂੰ ਦੇਖੀ ਦਾਤੀ ਤੈਨੂੰ ਮੈਂ ਦਿਖਾਉਂ ਦਾਤੀ ਹੈ ਕੀ ਬੋਲਦਾ ਕੋਲੇ ਮੁੰਡੇ ਬੈਠੇ ਯਾਰ ਬਾਪੂ ਮਾੜੀ ਮੋਟੀ ਸ਼ਰਮ ਤਾਂ ਮੰਨ ਲਿਆ ਕਰ ਯਾਰ ਮੈਂ ਚਾਹੀਦੀ ਦਾਤੀ ਕਿਹਾ ਯਾਰ ਰੱਖ ਦਿਓ ਪਰਾਂ ਉਧਰ ਰੱਖਿਆ ਕਰਾਂ ਲੈ ਲੱਕੇ ਰੱਖਿਆ ਰੋਟੀ ਰੋਟੀ ਪਾ ਦਿਓ ਇਹਨੂੰ ਮਾੜੀ ਮੋਟੀ ਚੰਗਾ ਕੋਈ ਨਾ 2-4 ਬਦਾਮ ਪਾ ਦਿਓ ਰੋਟੀ ਬਣੀ ਪਈ ਆ ਤੂੰ ਵੀ ਚੁਰਸਲਾ ਮੈਨੂੰ ਭੁੱਖ ਪੱਕ ਨਹੀਂ ਹੈਗੀ ਅੱਜ ਕਿਆ ਤੂੰ ਕੀ ਕਰਿਆ ਬਰੋਂ ਕਾਲੀ ਦਾਲ ਬਣਾਈ ਆ ਮੂੰਗੀ ਦੀ ਆ ਭੈਣ ਦੇ ਖਸਮੋ ਇਹ ਜੇ ਲਾਲਾ ਖਾਣਾ ਓਏ ਮੂੰਗੀ ਸਾਰਾ ਦਿਨ ਮੂੰਗੀ ਇੰਨੇ ਜ਼ਮੀਨ ਜਾਇ ਦਾਦਾ ਮਾਲਕ ਸਾਰਾ ਦਿਨ ਮੂੰਗੀ ਖਾਉਂ ਮੈਂ ਕਿੰਨੀ ਤਾਕਤ ਹੁੰਦੀ ਆ ਪਤਾ ਉਹ ਚ ਤਾਕਤ ਹੁੰਦੀ ਚਿੱਤਰਾਂ ਚ ਦੇ ਦਿੰਦੇ ਤਾਕਤ ਭੈਣ ਚੋ ਦੀ ਤਾਕਤ ਚੋਰਾ ਨਾ ਬੋਲਿਆ ਕਰ ਮੁੰਡਿਆਂ ਨੂੰ ਸੁਣ ਜਾਂਦਾ ਸਾਰਾ ਕੁਝ ਚਿੱਤਰ ਚਿੱਤੜ ਭੈਣ ਚੋ ਦੇ ਲੋਕ ਮੁਰਗਾ ਖਾਂਦੇ ਨੇ ਦਾਰੂ ਪੀਂਦੇ ਨੇ ਮੈਂ ਮੂੰਗੀ ਖਾਣਾ ਉਹ ਕੋਈ ਨਾ ਬਾਪੂ ਤਾਂ ਇਹ ਵੀ ਤਾਂ ਖਾਂਦੇ ਆ ਨਾਲ ਓਏ ਆ ਜਾ ਪੁੱਤ ਚਾਰ ਭਿੰਡਾ ਪੁੰਨ ਕੇ ਪਾ ਦਾਲ ਚ ਆ ਜਾ ਕਰ ਦੁਰਤੀ ਖਾਣੀ ਤੂੰ ਦਾਲ ਓਏ ਦਾਲ ਚ ਵੀ ਖਵਾ ਦੇ ਗੁੜ ਵਾਲਾ ਮਾੜਾ ਹੈ ਭੈਣ ਦਾ ਯਾਰ ਹਈਆ ਹੀ ਲੱਗ ਤੇ ਪਹਿਲਾਂ ਨੇ ਲੱਛਣਾ ਤੇ ਆ ਗਿਆ ਇਹ ਤਾਂ ਪੁੱਤ ਹੀ ਆ ਉਹਨੂੰ ਕੀ ਆਖਿਆ ਸੀ ਬਾਪੂ ਨੇ ਜੀਨ ਲਗਦਾ ਲਾਲਾ ਜੀ ਹੁਣ ਨਾ ਸੋਨੂੰ ਲਾਂਬਾ ਦਵਾਤਾ ਮੈਨੂੰ ਨਾ ਜਾਣੀ ਉਹ ਤਾਂ ਕਰੂਗਾ ਕੰਮ ਜਿਹੜੇ ਕਰਨੇ ਨੇ ਹੁਣ ਪਹਿਲਾਂ ਨਾਲੋਂ ਵੀ ਤਕੜਾ ਹੋ ਗਿਆ ਹੁਣ ਤਾਂ ਇਹ ਭਾਈਦਾ ਕਿਵੇਂ ਸੀ ਸਾਡੇ ਤਾਂ ਹੱਥ ਨਹੀਂ ਆਇਆ ਅੱਜ ਇਹ ਲੈ ਕੇ ਭਾਪ ਸ਼ਕਤੀਮਾਨ ਬਣ ਗਿਆ ਜਮਾ ਅਸਤਬਾਜੀ ਮੰਗੂ ਗਿਆ ਬੇਬੇ ਘਰੋਂ ਚੱਲ ਚੌਰੇ ਨੂੰ ਦੇ ਦਈਏ ਕੁਛ ਕੁੱਟ ਕੱਟ ਕੇ ਆ ਜਾ ਓ ਬਲੈਂਡੂ ਟੋਟੇ ਦੇਖ ਨਾ ਸਕੇਰ ਕੇ ਭਾਈ ਮੇਰੇ ਸਾਲੇ ਦੀ ਆਪਣੇ ਘਰੂਟ ਮਾਰ ਮਾਰੀ ਨਾ ਮਾਰ ਦੇਣਾ ਮੈਨੂੰ ਬਿੱਲਾ ਮਾਰੀਏ ਬਿੱਲਾ ਤਾਂ ਫੇਰ ਹੀ ਮਾਰਾਂਗੇ ਬਾਈ ਪਹਿਲਾਂ ਸਵੀਟੀ ਨੂੰ ਫਸਾ ਬਗਾਨੇ ਕੋਲ ਕਿਉਂ ਜਾਂਦੀ ਹੈ ਜੇ ਗੱਲ ਆ ਬਾਈ ਤੋਤੇ ਬਗਾਨੇ ਘਰੇ ਕੰਧ ਨਾ ਡਿੱਗ ਜੇ ਆਪਣੇ ਕੰਨੇ ਸਿੱਟ ਲਈਏ ਆਪਾਂ ਫੇਰ ਨੀ ਲੋਟ ਭਰਿੰਦਾ ਫਿਰ ਪੁੱਤ ਫੜ ਕੇ ਕਿਵੇਂ ਲਿਆਉਣਾ ਉਹਨਾਂ ਤੂੰ ਸਾਰੇ ਤਾਂ ਜਾਨਵਰ ਖਾ ਗਿਆ ਬਾਪੂ ਤੂੰ ਛੱਡਿਆ ਵੀ ਆ
ਉਹ ਜਾਨਵਰ ਤਾਂ ਹਜੇ ਬਾਲੇ ਰਹਿੰਦੇ ਨੇ ਕਿਹੜੇ ਕਿਹੜੇ ਰਹਿੰਦੇ ਨੇ ਨਿਉਲਾ ਰਹਿੰਦਾ ਹਜੇ ਚੰਨਣਗੀਰਾ ਰਹਿੰਦਾ ਹਜੇ ਇੱਕ ਹੋਰ ਪਤਾ ਨਹੀਂ ਕੀ ਕਹਿੰਦੇ ਹੁੰਦੇ ਨੇ ਯਾਰ ਇੱਕ ਹੋਰ ਹੈਗਾ ਬਾਪੂ ਕਿਹੜਾ ਓਏ ਜਿਹੜਾ ਆਪਣੇ ਲੈਟਰੀਨ ਜੀ ਚਟਾਕ ਰੋਜ ਜਾ ਫਿਰਦਾ ਭੈਣ ਦਾ ਖਸਮ ਆ ਜੀ ਦਾ ਦੇਖ ਲੈ ਦੇਖ ਲੈ ਲੈ ਕੇ ਦੇ ਮਾ ਪ੍ਰੋਡਕਟ ਤੂੰ ਖਾਈ ਉਹ ਭੈਣ ਚੋਦ ਦੀ ਬੁੜੀਆਂ ਵਾਸਤੇ ਹੁੰਦਾ ਬੁੜੀਆਂ ਵਾਸਤੇ ਹੋਰ ਚੀਜ਼ਾਂ ਚੰਨਣ ਕੀ ਖਾਏਗਾ ਤੂੰ ਚੰਨਣ ਕੀ ਦੀ ਪੋਸਟ ਬਹੁਤ ਕਰੰਟ ਹੁੰਦਾ ਤੈਨੂੰ ਕੀ ਨਹੀਂ ਦੱਸਦਾ ਇੰਨਾ ਕੁਛ ਖਾਣਾ ਪੈਂਦਾ ਤੈਨੂੰ ਬੜਾ ਪਤਾ ਹੈ ਉਹ ਬਾਬਾ ਜਿਹੜਾ ਅਸੀਂ ਕਿੱਥੋਂ ਆਇਆ ਸੀ ਬਾਬਾ ਪਰਸੰਬਰ ਦਾ ਸੀ ਬਾਪੂ ਤਾਂ ਕਿੰਨਾ ਮੇਰੇ ਦਿਲ ਦੀ ਗੱਲ ਦੱਸ ਗਿਆ ਉਹ ਹੋਰ ਉਹ ਤਾਂ ਬਾਲੀ ਦੂਰੋਂ ਆਇਆ ਸੀਗਾ ਉਹ ਬਾ ਕਿੱਧਰ ਗਿਆ ਉਹਨੂੰ ਪੈਸੇ ਪੂਸੇ ਦਿੱਤੇ ਸੀ ਹਾਂ ਸਾਰਾ ਕੁਛ ਦਿੱਤਾ ਸੀ ਦਿੱਤਾ ਕਿੱਥੇ ਰਹਿੰਦਾ ਉਹ ਇੱਥੇ ਹੀ ਰਹਿੰਦੇ ਆ ਕੋਈ ਨਾ ਮਿਲਾ ਕੇ ਲਿਆਇਓ ਮੈਂ ਵੀ ਉਹਦੇ ਕੋਲ ਜਾ ਕੇ ਆਉਂਗਾ ਕੀ ਮਿਲਣਾ ਤੂੰ ਲੋੜ ਤਾਂ ਹੋ ਗਿਆ ਓਏ ਵਿਚਾਰੇ ਨੂੰ ਕੋਈ ਕੱਪੜਾ ਲੀੜਾ ਦੇ ਆਵਾਂਗੇ ਦੇਤਾ ਉਹਨੂੰ ਸਾਰਾ ਕੁਛ ਦੇਤਾ ਉਹ ਤਾਂ ਇੱਧਰ ਭੱਜ ਗਿਆ ਭੈਣ ਦੇ ਕੋਈ ਨਾ ਬਾਪੂ ਤੈਨੂੰ ਲੈ ਚੱਲਾਂਗੇ ਉਹਦੇ ਕੋਲੇ ਹਾਂ ਮੈਨੂੰ ਲੈ ਚੱਲਿਓ ਚੰਗਾ ਉਹ ਜੀਰੀ ਜੂਰੀ ਹੁਣ ਕਦੋਂ ਵੱਢਣੀ ਆ ਉਹ ਵੱਢਾਂਗੇ ਬਾਪੂ ਹਜੇ ਆਤਾ ਜਾਣ ਦੇ ਕਪੈਨਾ ਯਾਰ ਮੈਂ ਦੇਖਿਆ ਦੇ ਵਿੱਚ ਤੁਰੀ ਮਿਰਦੀਆਂ ਜੀ ਆ ਓਏ ਉਹ ਤਾਂ ਉਹੀ ਅੱਜ ਵੀ ਖੋਰੇ ਨਹੀਂ ਕਪੈਨਾ ਦਾ ਅੱਜ ਮੈਂ ਖੇਤ ਵੀ ਜਾ ਕੇ ਆਪਣੇ ਬੇ ਤੂੰ ਘੋੜਾ ਸੀ ਜਿਹੜਾ ਖੇਤਾਂ 'ਚ ਵਰਦਾ ਰਿਹਾ 1509 ਪਤਾ ਨਹੀਂ 11 21 ਵੱਢੀ ਜਾਂਦੇ ਨੇ ਉਹਦਾ ਬਾਪੂ ਹਰੀਆਂ ਹੀ ਵੱਢਿਆਂ ਦੇ ਹਜੇ ਤਾਂ ਆਪਣੇ ਲਊਗੀ ਹਫਤਾ ਜੀ ਅੱਛਾ ਕਿੱਥੋਂ ਤੱਕ ਗੇੜਾ ਮਾਰਿਆ ਦੇਖ ਲੈ ਚੱਲ ਕਪੈਨ ਕਪੂਨ ਪੁੱਛ ਲੋ ਹੁਣ ਪੈ ਜਾਓ ਕਿਰਾਂ ਚੱਲ ਪੈ ਜਾ ਬਾਪੂ ਤੂੰ ਵੀ ਥੱਕ ਗਿਆ ਹੋਏਗਾ ਸਾਡੀ ਨਾਲ ਪੈ ਜਾਓ ਮੈਂ ਗੱਲ ਕਰਨੀ ਇਹਦੇ ਨਾਲ ਆ ਦੁੱਧ ਪੀ ਲਈ ਬਾਪੂ ਪਹਿਲਾਂ ਮੰਗੂ ਕੋਈ ਨਾ ਪੁੱਤ ਦੁੱਧ ਤਾਂ ਮੈਂ ਪੀ ਪੀ ਲੂੰ ਆ ਦੁੱਧ ਤਾਂ ਹੁਣ ਬੇਬੇ ਧਿਆਨ ਨਾਲ ਪਾ ਦੀ ਬਾਪੂ ਨੂੰ ਕੋਈ ਨਾ ਕੋਈ ਨਾ ਜਮਕਰਾ ਬਾਗ ਜਾ ਪੁੱਤ ਦੁੱਧ ਤਾਂ ਹੁਣ ਮੈਂ ਕੱਚਾ ਪੀਊਂਗਾ ਕੀ ਬੋਲਦਾ ਚੌਰਿਆ ਹਾਂ ਕੀ ਕਹਿਣੀ ਆ ਕਿੱਧਰ ਗਿਆ ਸੀ ਅੱਜ ਇੱਧਰ ਗਿਰਾ ਲੈ ਕੇ ਬਸ ਤੂੰ ਰੋਜ਼ ਮੰਗੂ ਭੱਜਿਆ ਮੁੰਡਾ ਤਾਂ ਚਿੰਨੀ ਆਇਆ ਤੂੰ ਗੱਲ ਮੈਨਾਂ ਹੋ ਗਿਆ ਮੈਨੂੰ ਮੰਤੀ ਦੇ ਪਿੰਡ ਤੋਂ ਯਾਦ ਨਹੀਂ ਆਈ ਤੇਰੀ ਯਾਦ ਆਈ ਸੀ ਤੇ ਤੂੰ ਬਿਮਾਰ ਪਿਆ ਸੋਹਣਾ ਲੱਗਦਾ ਤਾਂ ਤੂੰ ਬੜਾ ਲੁੱਚਾ ਲੱਗਦਾ ਤਾਂ ਤੂੰ ਤੇ ਮੈਨੂੰ ਮਾਰ ਕੇ ਕੁਛ ਅੱਜ ਤਾਂ ਫਿਰ ਲੱਗ ਜਾਣੀ ਰਹੀ ਜੀ ਪਰਾਂ ਮਰ ਜਾ ਚੌਰਾ ਫੇਰ ਉਸੇ ਕੰਮਾਂ ਤੇ ਆ ਗਿਆ ਮੈਨੂੰ ਤਾਂ ਬਾਬੇ ਵਾਲੀ ਗੱਲ ਸੱਚ ਹੋ ਗਈ ਕੀ ਕਹਿੰਦਾ ਕੀ ਕਹਿੰਦਾ ਬਾਬਾ ਬਾਬਾ ਤਾਂ ਕਹਿੰਦਾ ਟੱਸ ਰੋਕੇ ਰੱਖੂਗਾ ਹੁਣੇ ਆ ਜਾ ਮੜ ਜਾ ਹੁਣ ਤੇ ਜਾਗਦੇ ਬੈਠੇ ਆ ਜੀ ਇੱਧਰ ਵਾਂਗ ਚੱਲਣਾ ਟਰਾਲੀ ਹੋਲੇ ਟਰਾਲੀ ਹੋਲੇ ਖੜਕਾ ਨਹੀਂ ਸੁਣਨਾ ਖੜਕੇ ਨੂੰ ਭੈਣ ਚੋਦੇ ਜੰਗ ਲੜਨੀ ਇੱਧਰ ਕਰਕੇ ਪੈ ਜਾਣਾ ਮੇਰਾ ਪੱਤ ਨਾਮ ਦਾ ਛੋਲੀ ਖਣ ਛਕਲੀ ਪਈ ਹੱਥ ਚੜ੍ਹ ਲੈਣੀ ਤੇਰੇ ਚੌਰਿਆ ਕੀ ਬੋਲੀ ਜਾਂਦਾ ਪਿਆ ਨਹੀਂ ਜਾਂਦਾ ਤੇਰੇ ਤੋਂ ਭੈਣ ਦੇ ਖਸਮਾਂ ਦੀ ਨਾਲੇ ਕਹਿੰਦੀ ਖੜਕਾ ਹੂ ਖੜਕਾ ਹੂ ਨਾਲੇ ਨਾ ਤੇ ਤੂੰ ਬੈਬਤਾਂ ਛੱਡ ਦੇ ਮਰ ਕੇ ਬਚਿਆ ਤੂੰ ਖੜਕਾ ਨਹੀਂ ਹੁੰਦਾ ਗਲੀਸ ਬਥੇਰਾ ਪਿਆ ਡੱਬੇ ਜੇ ਤੇ ਉੱਤੇ ਵੇ ਹੁਣ ਤੂੰ ਗਲੀਸ ਲਾਏਗਾ ਮੇਰੇ ਨਾਲੇ ਕਹਿੰਦੀ ਖੜਕਾ ਹੂ ਵੇ ਮਰ ਕੇ ਬਚਿਆ 35 ਥਾਂ ਜਵਾਬ ਦਿੱਤਾ ਸੀ ਪੈ ਜਾ ਬਜਾ ਭੈਣ ਚੋਰ ਦੀ ਕੁੱਤੀ ਦੇ ਨਾਨੀ ਓਏ ਤੇਰੇ ਕਰਕੇ ਮਰਿਆ ਸੀ ਮੇਰੇ ਸਾਰੇ ਦੀ ਤੂੰ ਚੱਜ ਦੀ ਖੁਦੀ ਕਾਹਨੂੰ ਹੁੰਦਾ ਹਜਾ ਕੁਛ ਕਿਉਂ ਮੈਂ ਕਿਹੜੇ ਪਾਸੋਂ ਮਾੜੀ ਆ ਭੈਣ ਚੋਦੇ 4 ਸਾਲ ਹੋ ਗਏ ਕੋਈ ਪੱਪੀ ਨਹੀਂ ਕੋਈ ਜੱਫੀ ਬੇ ਤੇਰੀ ਪੱਪੀ ਦੀ ਉਮਰ ਦੰਦ ਤਾਂ ਤੇਰੇ ਮੂੰਹ 3 ਰਹਿ ਗਏ ਤੇਰੀ ਭੈਣ ਦੀ ਛੋਲੀ ਖਣੀ ਦੰਦ ਚਾਹੇ ਸਾਰੇ ਨਿਕਲ ਜਾਣ ਇੱਕ ਵਾਰੀ ਮਿੱਠੀ ਦਾ ਕਰ ਲੈ ਮੈਂ ਨਹੀਂ ਕਰਦੀ ਲਾ ਮਿੱਠੀ ਜਵਾਬ ਕਹਿੰਦੋ ਜਵਾਬ ਕਰ ਦੰਦ ਨੇ ਮਿੱਠੀ ਭੈਣ ਚੋਦੇ ਮੇਰੀ ਉਮਰ ਹੈ ਉਹਦਾ ਜੀ ਕਰਦਾ ਤੇਰਾ ਜੀ ਹੋਰ ਕਾਸੇ ਨੂੰ ਵੀ ਕਰੂਗਾ ਖਸ ਮਾਰ ਮੈਨੂੰ ਨੀਂਦ ਨਹੀਂ ਆਉਂਦੀ ਅੱਜ ਮੈਂ ਤਾਂ ਮਾੜਾ ਜਾ ਕੇ ਆਉਣਾ ਬੇ ਹੁਣ ਕਿੱਧਰ ਚੱਕ ਲਿਆ ਮੂੰਹ ਤੂੰ ਮੈਂ ਤਾਂ ਮਾੜਾ ਜਿਹਾ ਸੈਰ ਸਪਾਟਾ ਕਰਕੇ ਆਉਣਾ ਸੈਰ ਸਪਾਟੇ ਨੂੰ ਪੰਚਕੁਲਾ ਪਿਆ ਨਹੀਂ ਜਾਂਦਾ ਐਂਡ ਚੋਦੇ ਮਹੀਨਾ ਮੰਜੇ ਦੇ ਪਿਆ ਲੰਘ ਗਿਆ ਬਸ ਮੇਰਾ ਹੁਣ ਜੀਆ ਨਹੀਂ ਕਰਦਾ ਮਾੜਾ ਜਿਹਾ ਲਾ ਆਉਣਾ ਬੇ ਮੱਗਰਾ ਹਾਂ ਬੇ ਨਾ ਚੰਦ ਚਾੜ ਕੋਈ ਨਾ ਚੰਦ ਚਾੜ ਉਹ ਖੇਤ ਖੂਤ ਦੇਖ ਆਉਣਾ ਮਾੜਾ ਮੁੱਟਾ ਜੀਰੀਆਂ ਕਿਵੇਂ ਨੇ ਜੀਰੀਆਂ ਪੈ ਜਾ ਤੂੰ ਪੈ ਜਾ ਟਿੱਕੇ ਮੈਥੋਂ ਲੱਤਾਂ ਤੜਾ ਲੇਗਾ ਬਸ ਐਂ ਗੇੜਾ ਲਾ ਕੇ ਉੱਤੋਂ ਦੀ ਐਂ ਮੁੜੇ ਆਉਣਾ 5 ਮਿੰਟਾਂ ਚਾ ਐਂ ਗੇੜਾ ਦਿਨੇ ਲਾਉਣ ਗਿਆ ਸਾਰਾ ਦਿਨ ਤਾਂ ਘਰੇ ਬੜਿਆ ਨਹੀਂ ਤੂੰ ਬਸ ਆਉਣਾ ਮੈਂ ਆਉਣਾ ਆ ਬੈਠੀ ਨਹੀਂ ਚੱਕ ਭੈਣ ਚੋਦੇ ਕਤੀੜ ਪਤਾ ਕਿੰਨਾ ਵੱਡਾ ਪਿੰਡ ਚ ਚੰਗਾ ਫਿਰ ਮੈਂ ਵੀ ਚੱਲੂ ਨਾਲ ਤੇਰੇ ਕੁੱਤੇ ਤੇਰੀ ਸੁੱਥਣ ਦੇਣਗੇ ਪਾੜ ਮੇਰੇ ਸਾਲੇ ਦੀ ਨਾ ਤੇ ਭੱਜਿਆ ਜਾਣਾ ਪਹਿਲਾਂ ਟਿੱਕੇ ਤੇਰਾ ਚਾਦਰਾ ਨਹੀਂ ਪਾੜਦੇ ਉਹ ਰੋਜ਼ ਤਾਂ ਰੋਟੀਆਂ ਪਾਉਣਾ ਉਹਨਾਂ ਨੂੰ ਪਾਉਣਾ ਮਹੀਨਾ ਹੋ ਗਿਆ ਕਿਹੜੇ ਪਰੌਂਠੇ ਪਾਇਆ ਤੇ ਕੁੱਤਿਆਂ ਨੂੰ ਤਾਂ ਗਿਆ ਪਹਿਲਾਂ ਵਾਂਗੂ ਜੁੜਦੀਆਂ ਸੀ ਆਹ ਡਿੱਗ ਕੇ ਮਰ ਜਾਏਗਾ ਡਿੱਗ ਕੇ ਮਰ ਜਾਏਗਾ ਰਾਤ ਨੂੰ ਕਿਸੇ ਨੇ ਨਹੀਂ ਚੱਕਣਾ ਤੈਨੂੰ ਪਕਾਈ ਨਾ ਮਾਰੀਆ 5 ਮਿੰਟਾਂ ਚ ਆ ਗਿਆ ਐਂ ਗੇੜਾ ਲੱਗ ਬੈਂਟਰੀ ਤੱਕ ਜਾ ਜਦੋਂ ਤੂੰ ਬੈਂਟਰੀ ਚੱਕਦਾ ਉਹ ਤੂੰ ਚੰਦ ਚਾੜਦਾ ਕੋਈ ਕੋਈ ਚੰਦ ਚੰਦ ਨਹੀਂ ਚਾੜਦਾ ਸੈਰੀ ਬਣਿਆ ਚੰਦ ਦੀ ਚੰਦ ਦਾ ਕਿਹੜੇ ਪਿਆੜੇ ਆ ਦੇ ਕਿੱਦਾਂ ਚੰਦ ਹੈ ਨਹੀਂ ਲੈ ਵੇ ਉਹ ਚੰਦ ਦੀ ਗੱਲ ਨਹੀਂ ਕਰਦੀ ਦੂਜੇ ਦੀ ਕਰਦੀ ਆ ਮੈਂ ਦੂਜਾ ਕਿਹੋ ਜਾਂਦਾ ਹੈ ਦੂਜਾ ਚੰਦ ਜਿਹੜਾ ਚਾੜਦਾ ਹੁੰਦਾ ਤੂੰ ਚੜਵਾ ਲਿਆ ਕਰ ਬੱਚੇ ਭੈਣ ਦੀ ਛੋਲਾ ਤਾਂ ਵੇ ਚੌਰਿਆ ਚੌਰਿਆ ਵੇ ਤੇਰੇ ਕੀੜੇ ਪੈ ਜਾਣਾ ਵੇ ਰਾਤ ਨੂੰ ਵੀ ਨਹੀਂ ਟਿਕਦਾ ਇਸ ਵੇਲੇ ਗਿਆ ਕਿੱਧਰ ਚੌਰਾ ਸ਼ਹਿਰ ਸ਼ੂਰ ਦਾ ਤੇ ਤਾਂ ਬੰਨੇ ਆ ਦਾਲ 'ਚ ਤਾਂ ਮੈਨੂੰ ਕੁਛ ਕਾਲੇ ਲੱਗਦਾ ਲੱਖੇ ਉਹਨਾਂ ਨੂੰ ਭੇਜ ਦਿਆਂ ਦੇ ਮਗਰ ਚੌਰਾ ਕਿਤੇ ਉਹ ਚੰਦ ਚਾੜਦੇ ਵੇ ਲੱਖੇ ਬੇਕੀ ਕੇ ਉਹ ਹਾਂ ਬੇਬੇ ਕੀ ਹੋ ਗਿਆ ਬੇ ਸੋਡਾ ਬਾਪੂ ਪਤਾ ਨਹੀਂ ਕਿੱਧਰ ਨਿਕਲ ਗਿਆ ਇਸ ਵੇਲੇ ਕਿੱਧਰ ਭੱਗ ਗਿਆ ਉੱਠ ਕੇ ਭੱਗ ਗਿਆ ਕਹਿੰਦਾ ਮੈਂ ਤਾਂ ਗੇੜਾ ਮਾਰ ਕੇ ਆਉਣਾਗਾ ਉਹ ਕੋਈ ਨਾ ਆ ਜਾਊਗਾ ਇੱਥੇ ਫਿਰਦਾ ਹੋਊ ਗੇੜੇ ਖਾ ਕੇ ਮੁੜਿਆ ਹੋਊਗਾ ਬੇ ਤੇਰੇ ਬਾਪੂ ਦਾ ਤੈਨੂੰ ਪਤਾ ਨਹੀਂ ਚੰਦ ਚਾੜੂ ਕੋਈ ਉਹ ਕੀ ਕੇ ਉਹ ਇਹੋ ਜਿਹਾ ਟਿਕਣ ਵਾਲਾ ਬੰਦਾ ਨਹੀਂ ਹੈਗਾ ਉਹਦੀ ਬਿੜਕ ਤਾਂ ਲੈਣੀ ਪਊਗਾ ਆਪਾਂ ਨੂੰ ਉਹ ਬਿੜਕ ਹੁਣ ਕਿੱਥੇ ਕੀ ਪਤਾ ਕਿੱਧਰ ਗਿਆ ਹੋਊਗਾ ਮਗਰ ਨਹੀਂ ਜਾ ਸਕਦੇ ਤੁਸੀਂ ਪੁੱਤੋਂ ਫਿਰ ਵੀ ਉਹਦੇ ਦੇਖ ਲਓ ਕਿ ਪੁੱਤ ਬਦਨਾਮੀ ਨਹੀਂ ਖੱਟੀ ਜਾਣੀ ਗੱਲ ਤਾਂ ਉਹ ਵੀ ਹੋ ਜੂਗੀ ਕਿ ਫਿਰ ਆਪਣੀ ਤੇ ਗੱਲ ਆ ਜੂ ਸਾਰੀ ਚੱਲ ਜਾ
ਜਾ ਬਗ ਜੋ ਅਸੀਂ ਲਿਆਉਣਾ ਤੂੰ ਨਾ ਹੋ ਕਰ ਟੈਨਸ਼ਨ ਕਰੇ ਨਹੀਂ ਪਹਿਲੇ ਆ ਜਾ ਟੈਨਸ਼ਨ ਤਾਂ ਕਰਨੀ ਪੈਂਦੀ ਆ ਪੁੱਤ ਕਿੰਨਾ ਟਾਈਮ ਹੋ ਗਿਆ ਤੇਰੇ ਪਿਓ ਨੂੰ ਪਏ ਨੂੰ ਉਹ ਤੋਂ ਬਿਨਾਂ ਤਾਂ ਮੇਰਾ ਜੀ ਲੱਗਣੋਂ ਹਟ ਗਿਆ ਮੈਂ ਪੁੱਤ ਲੈ ਅੱਜ ਵੀ ਨਹੀਂ ਪਿਆ ਮੇਰੇ ਕੋਲ ਤਾਂ ਕਿੰਨੇ ਚਿਰ ਤੋਂ ਅੱਜ ਬੋਲਿਆ ਸੀ ਮਾੜਾ ਜਾ ਖੇਤੀ ਪੁੰਮਜ ਮੈਂ ਤੜਕੇ ਆਉਂ ਤੁਸੀਂ ਕੀ ਕਰਨਾ ਉੱਥੇ ਉਹ ਖੇਤ ਮੱਛਰ ਗਾਂਢ ਖਾਜੂ ਤੇਰੀ ਮੱਛਰ ਤਾਂ ਨਹੀਂ ਲਾ ਕੇ ਪਊਂਗਾ ਨਾਲ ਫਿਰ ਇਹਨੂੰ ਲੈ ਜਾਣਾ ਇਹ ਕਿੱਥੇ ਜਾਂਦਾ ਮੇਰੇ ਨਾਲ ਇਹਨੂੰ ਫੇਰ ਕਿਤੇ ਲੈ ਕੇ ਜਾਊਂ ਗੋਲ ਗੱਪਾ ਦੇ ਕਿੰਨਾ ਘੈਂਟਾ ਇਹ ਕੀ ਪਤਾ ਸੋਨੀ ਆ ਸਿੱਧੀ ਹੋਵੇ ਐ ਨਹੀਂ ਪਤਾ ਕੋਈ ਹੋਰ ਗਈ ਕੋਈ ਗੜਬੜ ਲੱਗਦੀ ਆ ਕੀ ਗੱਲ ਆ ਉਹ ਚੁੱਪ ਕਰ ਉਹ ਆ ਬੈਠੇ ਇਹਨਾਂ ਨੂੰ ਪੁੱਛ ਲੈਂਦੇ ਆ ਉਹ ਟੱਲੇ ਵਾਲੀ ਆ ਹਾਂ ਜੀ ਕਹੇ ਉਹ ਸਾਡੇ ਵਾਲਾ ਬੁੜਾ ਹੀ ਨਹੀਂ ਦੇਖਿਆ ਯਾਰ ਓਏ ਹੁਣੀ ਇੱਧਰ ਨੂੰ ਗਿਆ ਉਹ ਤਾਂ ਯਾਰ ਇੱਧਰ ਨੂੰ ਗਿਆਗਾ ਕੀ ਹੋ ਗਿਆ ਉਹ ਯਾਰ ਅੱਗੇ ਤਾਂ ਤੁਸੀਂ ਨਾਲ ਹੁੰਦੇ ਹੋ ਤੁਸੀਂ ਮਗਰ ਨਹੀਂ ਗਏ ਉਹਦੇ ਉਹ ਅਸੀਂ ਕਿਹਾ ਸੀਗਾ ਉਹਨੂੰ ਵੀ ਅਸੀਂ ਨਾ ਚੱਲੀਏ ਸਾਡੇ ਮਗਰ ਪੈ ਗਏ ਯਾਰ ਉਹ ਯਾਰ ਬੜਾ ਯਾਰ ਕੰਮ ਖਰਾਬ ਕਰਿਆ ਉਹਨੇ ਅੱਧੀ ਰਾਤ ਕੀ ਦਾ ਫੋਨ ਆ ਗਿਆ ਮਰ ਜਾਣ ਦਾ ਹੈਲੋ ਹੈਲੋ ਕੀ ਆ ਬਈ ਜਗ ਨਹੀਂ ਆਉਂਦੀ ਅੱਧੀ ਰਾਤ ਠਿੱਠ ਕਰੀ ਜਾਂਦਾ ਅੱਧੀ ਰਾਤ ਠਿੱਠ ਕਰੀ ਜਾਂਦਾ ਮੇਰੇ ਸਾਰੇ ਦੀ ਮਹੀਨਾ ਹੋ ਗਿਆ ਮਿਲੀ ਨਹੀਂ ਹੁਣ ਤਾਂ ਆ ਜਾ ਮਰਦਾ ਮਰ ਮੈਂ ਨਹੀਂ ਆਉਂਦੀ 12 ਵਜੇ ਪਿਆ ਤੇ ਹੁਣ ਆ ਐਂ ਤੇ ਖਸ ਮਾਰ ਦੀ ਉਹ ਤਾਂ ਕਹਿੰਦੀ ਤਿੱਲੂ ਰਾਤ ਦਾ ਹਿਸਾਬ ਸਾਰਾ ਨਮੇੜ ਦੇ ਤਾਂ ਸਾਰੇ ਪੈਸੇ ਦੇ ਆਉਣ ਮੈਂ ਮੈਥੋਂ ਹੀ ਰਾਤ ਨੂੰ ਆਈ ਦਾ ਟਾਈਮ ਵੇਖ ਲੈ ਭਾਵੇਂ 12 ਵਜ ਗਏ ਸਹੀ ਇਹ ਕਿੰਦਾ 12 ਵਜ ਕੇ ਤੂੰ ਆ ਜਾ ਤੈਨੂੰ 2 ਮਿੰਟਾਂ ਚ ਮਿਲ ਤੇਰੇ 2 ਮਿੰਟ ਤਾਂ 3 ਘੰਟੇ ਲਾ ਦੇਗਾ ਤੂੰ ਮਰ ਗਿਆ ਮੈਂ ਨਹੀਂ ਹੁੰਦੀ ਆ ਜਾ ਕੁਛ ਨਹੀਂ ਹੁੰਦਾ ਬਸ ਗੇਟ ਮਾਰੀ ਪੈਣੇ ਮੈਂ ਕਮਾ ਕੀ ਖੁਸ਼ੀ ਉੱਠ ਕਰੂਗੀ ਇਹਨੂੰ ਕਹਿ ਦੇ ਕਿ ਮੈਨੂੰ ਕਬਜ਼ੀ ਤਾਂ ਹੋਈ ਪਈ ਹੈ ਮੈਂ ਟੱਟੀ ਚ ਜਾਂਦੀ ਹਾਂ ਇਹ ਕਹੂਗੀ ਤੇਰੀ 12 ਵਜੇ ਕਬਜ਼ੀ ਖੁੱਲਦੀ ਹੈ ਕਬਜ਼ੀ ਕਿਆ ਹੋਈ ਪਈ ਆ ਹੌਲੀ ਹੌਲੀ ਖੁੱਲਦੀ ਹੁੰਦੀ ਇਹਨੂੰ ਕੀ ਪਤਾ ਮੈਂ ਚੁੱਪ ਕਰਕੇ ਆ ਜਾ 5 ਮਿੰਟਾਂ ਚ ਉਹਦੀ ਮੁੜ ਗਈ ਮੇਰੀ ਗੱਲ ਸੁਣ ਲਾ ਜਵਾਨ ਕਰ ਲਾ ਇੱਕ ਮੈਨੂੰ 5 ਮਿੰਟਾਂ ਚ ਸਹੀ ਉਹਦੀ ਮੁੜਦੀ ਉਹਦੀ ਮੁੜਦੀ ਬਸ ਕਿੱਥੇ ਖੜਾ ਮਰ ਜੇ ਤੂੰ ਕਿੱਥੇ ਖੜਾ ਹਾਂ ਜਾ ਮੈਂ ਤੇਰੇ ਗੇਟ ਚ ਆਉਣਾ ਜਵਾਕ ਜੇ ਪਿੱਛੇ ਆਉਂਦੇ ਸੀ ਮੈਂ ਤਾਂ ਇੱਧਰ ਦੀ ਖੜਾ ਦੂਰ ਤੂੰ ਫੇਰ ਨਹੀਂ ਮੈਂ ਆਉਂਦੀ ਜੇ ਤੇਰਾ ਜਵਾਕ ਆ ਓਏ ਕੋਈ ਨਹੀਂ ਹੈਗਾ ਹੁਣ ਤਾਂ ਮੈਂ ਇਕੱਲਾ ਆਉਣਾ ਤਾਂ ਮੈਂ ਲੈ ਕੇ ਨਹੀਂ ਆਇਆ ਚੱਲ ਫਰਾਂ ਕਰ ਇੱਥੇ ਗੇਟ ਤੇ ਕੌਲੇ ਨਾਲ ਖੜ ਜਾ ਲੋਕ ਕਿਵੇਂ ਆ ਗਈ ਬਸ 2 ਮਿੰਟ ਰੁਕ ਗੇਟ ਕੋਲੇ ਖੜਦਾ ਆ ਜਾ ਕਿੰਦਾ ਆਈ ਹਾਈ ਹਾਈ ਬਣ ਗਿਆ ਕੰਮ ਮੇਰੇ ਸਾਰੇ ਦਾ ਇੱਖੜ ਲੱਗਿਆ ਪਿਆ ਸੀ ਤੂੰ ਕਿੱਥੇ ਚੱਲੀ ਆ ਨਹੀਂ ਮੇਰੇ ਕਬਜ਼ੀ ਦੇ ਨਾ ਘਰੋਲੇ ਉੱਠੀ ਜਾਂਦੇ ਮਾੜਾ ਜਿਹਾ ਕਲਾਸ 'ਚ ਜਾਇਆ ਮੈਂ ਅੱਧੀ ਰਾਤੀ ਤਾਂ ਟਿੱਕ ਨਹੀਂ ਹੁੰਦਾ ਰਾਤ ਨੂੰ ਵੀ ਨਹੀਂ ਟਿੱਕਦੀ ਤੂੰ ਦਿਨੇ ਤਾਂ ਗੋਲੀਆਂ ਲੈ ਲਵਾਂ ਉਹ ਕਬਜ਼ੀ ਦੇ ਘਰੋਲੇ ਉੱਠੀ ਜਾਂਦੇ ਉਹਨੂੰ ਵਗ ਜਾਂਦੇ ਤੂੰ ਪੈ ਜਾ ਚੁੱਪ ਕਰਕੇ ਅੱਖਾਂ ਮੀਚ ਕੇ ਆ ਗਈ ਮੈਂ 5 ਮਿੰਟਾਂ 'ਚ ਜਲਦੀ ਆ ਜੀ ਹੋਰ ਮੈਂ ਤਾਂ ਘਰ ਪਹੁੰਚਣਾ ਤੈਨੂੰ ਪਤਾ ਹੀ ਮੈਨੂੰ ਅੱਧਾ ਘੰਟਾ ਲੱਗੂ ਹਜੇ ਅੱਧਾ ਘੰਟਾ ਨਹੀਂ ਜਲਦੀ ਆ ਜੀ ਭੈਣ ਬਣ ਕੇ ਮੈਂ ਨੀਂਦ ਨਹੀਂ ਆਉਣੀ ਇਕੱਲੀ ਨੂੰ ਆ ਜਾ ਨਹੀਂ ਤੈਨੂੰ ਭੱਬੂ ਖਾਂਦੇ ਬਹੂ ਓਏ ਮੱਗਰ ਨੂੰ ਫੋਨ ਤਾਂ ਲਾ ਦੇ ਓਏ ਉਹਨੇ ਚੱਕਣਾ ਤਾਂ ਹੈ ਨਹੀਂ ਆਪਣਾ ਫੋਨ ਯਾਰ ਓਏ ਤਾਂ ਮੁੰਡੇ ਮਗਰ ਫਿਰਦੇ ਕਿਹੜਾ ਲਾ ਦੇ ਆਪਣਾ ਅੱਖ ਬੰਦਾ ਲਾ ਕੇ ਦੇਖ ਲੈਂਦੇ ਆ ਫੋਨ ਲੱਗ ਤਾਂ ਗਿਆ ਮੈਨੂੰ ਪੱਕਾ ਪਤਾ ਉਹਨੇ ਫੋਨ ਚੱਕਣਾ ਨਹੀਂ ਹੁਣ ਤਾਂ ਆਇਆ ਵੀ ਉਹ ਮੇਰੇ ਸਾਰੇ ਕੰਮ ਗਾਲਣਗੇ ਮੇਰਾ ਦੇਖ ਲਓ ਮੈਂ ਤਾਂ ਕੱਟਦਾ ਫੋਨ ਚੱਲ ਫਿਰ ਅੱਜ ਪੈ ਜਾਂਦੇ ਫਿਰ ਆਪਾਂ ਕੀ ਕਰੀਏ ਚੱਲ ਆਪਾਂ ਦੇਖ ਕੇ ਤਮਾਸਾ ਦੇਖਦੇ ਮਗਰ ਜਾ ਕੇ ਆਜੋ ਆ ਜਾ ਹੁਣ ਅੱਗੇ ਮੈਂ ਲੰਬੀ ਚਿੱਤਰ ਕਰਕੇ ਮੈਨੂੰ ਨਹੀਂ ਆ ਜਾ ਉੱਠ ਕਰੀ ਸੀ ਮੇਰੀ ਭੈਣ ਖੁਸ਼ੀ ਤੂੰ ਚੁੱਪ ਮਾਰ ਤੂੰ ਮਰਵਾ ਦੇ ਦੁਕਾਨ ਤੋਂ ਮੈਂ ਮਰ ਜਾ ਬੈਂਡਰ ਨਾ ਵੀ ਤੂੰ ਰੱਖਦਾ ਨਾ ਤੇ ਨਾਚ ਗਾ ਮਰਨੇ ਕੁੱਤੇ ਪੈ ਜਾਣਗੇ ਗਲੀ ਦੇ ਆ ਜਾ ਜਾ ਮੈਂ ਕਿੱਥੇ ਲੱਗ ਜਾਵੇਂਗਾ ਇੱਧਰ ਲੈ ਕੇ ਜਾ 2 ਮਿੰਟ ਮਰਨਿਆ ਐਡੇ ਸੋਹਣੇ ਸੋਹਣੇ ਹੋਟਲ ਪਾਇਆ ਬਠਿੰਡੇ ਲੈ ਜਾ ਮੈਨੂੰ ਹੈ ਹਜ਼ਾਰ ਕੇ ਲਾ ਰਿਹਾ ਤੇ ਜਾਂ ਨਿਕਲਦੀ ਆ ਚੋਦੀ ਇੱਕ ਨਹੀਂ 5 ਮਿੰਟ ਤੱਕ ਮੁਰਨਾ ਬਠਿੰਡੇ ਜਾਂ ਤੇ 2 ਘੰਟੇ ਜਿੱਦ ਲੱਗਣ ਤੇ ਜਾਂ ਤੇ 2 ਆਉਣ ਤੇ ਮਰੀ ਜਾਂਦੀ ਆ ਆਸ਼ ਕੀ ਕਰਨੀ ਸੌਖੀ ਆ ਅਸ ਕਿਧਰੇ ਮੈਨੂੰ ਕੁੱਪਾਂ 'ਚ ਲੈ ਜਾਣਾ ਕਿਧਰੇ ਗਹਾਂ 'ਚ ਵਾਰ ਲੈਣਾ ਮੈਂ ਆਈ ਹੋਈ ਕਿਹੜੀ ਕਰਦੀ ਗੁੱਸੇ ਕਾਹਨੂੰ ਕਰਦੀ ਹੁੰਦੀ ਗੁੱਸੇ ਨਹੀਂ ਮਗਰ ਮੈਨੂੰ ਤੇਰੇ ਨਾਲ ਗੱਲਾਂ ਤੇ ਯਕੀਨ ਨਹੀਂ ਬਠਿੰਡੇ ਹੁਣ ਤੈਨੂੰ ਪਹਾੜਾਂ 'ਚ ਲੈ ਕੇ ਚੱਲੂ ਮੈਂ ਕਿਧਰੇ ਪਹਾੜਾਂ 'ਚ ਤੇ ਮਰਨਾ ਤੇ ਮਰੀ ਨੂੰ ਤਾਂ ਮਗਰ ਲਾ ਰਿਹਾ ਕੋਈ ਨਹੀਂ ਹੈਗਾ ਇੱਥੇ ਆ ਜਾ ਵੇ ਹੱਥ ਤਾਂ ਛੱਡ ਦੇ ਮੈਂ ਕਮਲੀ ਤਾਂ ਨਹੀਂ ਤੁਰੀ ਜਾਣੀ ਦੁਕਾਨ ਤੋਂ ਦੇਖੀ ਅਪੀ ਦੇਖ ਵੇ ਤੂੰ ਆ ਗਲੀ ਚ ਟਪਾ ਲਾ ਸਾਡੀ ਗਲੀ ਬਹੁਤ ਗੰਦੀ ਆ ਮੁੱਕ ਜਾਣਾ ਵੀ ਤੂੰ 4-5 ਸਵਾ ਨਹੀਂ ਸਕਦਾ ਉਹ ਲਾ ਦੂੰਗਾ ਭੈਣ ਚੋਤੀਏ ਮਰੀ ਜਾਂਦੀ ਤੂੰ ਕਿਤੇ ਬਠਿੰਡੇ ਕੇ ਉੱਥੇ ਵੱਲ ਚੱਲਾਂਗੇ ਵੇ ਬੈਂਟਰੀ ਬੰਦ ਕਰਦੀ ਖਤਮਾ ਕਹੀਂ ਕਰਦਾ ਇੱਧਰ ਮੇਰੇ ਸਾਲੇ ਲਗਾਉਣ ਫਿਰਦੀ ਆ
ਉਹ ਕੀ ਕਹੇ ਹਾਂ ਯਾਰ ਆਪਾਂ ਨੂੰ ਤਾਂ ਟਿਕਾਣਿਆਂ ਦਾ ਵੀ ਨਹੀਂ ਪਤਾ ਹੋਰ ਯਾਰ ਤਾਂ ਸਾਰੇ ਪਿੰਡ ਉੱਤੋਂ ਦੀ ਗੇੜਾ ਦਿੱਤਾ ਆਪਾਂ ਤਾਂ ਗਲਤੀ ਕਰ ਲਈ ਯਾਰ ਹੋਰ ਆਪਾਂ ਤਾਂ ਉਹਨਾਂ ਨੂੰ ਲੈ ਕੇ ਆਉਣਾ ਸੀ ਨਾਲ ਹੋਰ ਉਹਨਾਂ ਨੂੰ ਪਤਾ ਗਾ ਉਹਦੇ ਟਿਕਾਣਿਆਂ ਦਾ ਕਿੱਥੇ ਜਾਂਦਾ ਕਿੱਥੇ ਆਉਂਦਾ ਸਾਰਾ ਕੁਝ ਪਤਾ ਉਹਨਾਂ ਨੂੰ ਨਾਲ ਤਾਂ ਰਹਿੰਦੇ ਆ ਉਹ ਹੋਰ ਨਾਲ ਲੈ ਕੇ ਆਉਣਾ ਸੀ ਉਹਨਾਂ ਨੂੰ ਮੈਂ ਤਾਂ ਕਹਿੰਦਾ ਛੱਡ ਪਰਾਂ ਯਾਰ ਆਪਾਂ ਮੁੜ ਚੱਲਦੇ ਆ ਉਹ ਕਿੱਥੇ ਛੱਡ ਪਰਾਂ ਆ ਜਾ ਹੁਣ ਲੱਭ ਕੇ ਤਾਂ ਲਿਆਉਣਾ ਪਊਗਾ ਬੇਬੇ ਗਾਲਾਂ ਦਊਗੀ ਉਹ ਯਾਰ ਸਾਰਾ ਤਾਂ ਪਿੰਡ ਭਾਲ ਤਾਂ ਕੀ ਪਤਾ ਕਿੱਥੇ ਬੈਠਾ ਹੋਊ ਯਾਰ ਨੇਰੇ ਚ ਉਹ ਆ ਜਾ ਇੱਥੇ ਬੈਠਾ ਹੋਊਗਾ ਕਿਤੇ ਲੱਭ ਲਿਆਉਣੇ ਆਗੇ ਭਲਾ ਇੱਕ ਗਲੀ ਰਹਿ ਗਈ ਦੇਖ ਲੈ ਚੱਲ ਆ ਜਾ ਮੈਂ ਤੇ ਦੁਆ ਘਰੇ ਜਾਊਂਗਾ ਉਹ ਆ ਜਾ ਫੌਜੀ ਹਾਂ ਤੂੰ ਹੀ ਤੁਰੇ ਫਿਰਦੇ ਨੇ ਇਹਨਾਂ ਨੂੰ ਨਹੀਂ ਲੱਭਦਾ ਬੜਾ ਜਾ ਆਪਾਂ ਨੂੰ ਲੱਭਣਾ ਪਊਦਾ ਆਪਾਂ ਲੱਭਦੇ ਆ ਉਹਨੂੰ ਉਹ ਲਾਈਕ ਕੋਈ ਕੀ ਪਤਾ ਵੀ ਨਵਾਂ ਪੰਜਾਬ ਸਾਈ ਬੈਠਾ ਹੋਵੇ ਕੋਈ ਹੋਰ ਆ ਲੈ ਵੀ ਨਹੀਂ ਪਤਾ ਪਛਿੰਦੀ ਕੋਲ ਜਾਂਦਾ ਕਿਰਾ ਉਹ ਤਾਂ ਇਧਰਲੀ ਗਲੀ ਜਾਣਗੇ ਆਪਾਂ ਤਾਂ ਇਧਰ ਅੱਡੇ ਕ ਨਹੀਂ ਦੇਖ ਕੇ ਆਉਣੇ ਹਾਂ ਆਪਾਂ ਇਧਰ ਚੱਲਦੇ ਆ ਚਲੋ ਚਲੋ ਉਹ ਜੇਕਰ ਕਿੰਨੀ ਗੇੜਾ ਮਾਰਿਆ ਮੈਂ ਉਹ ਯਾਰ ਕੀ ਕਿ ਹੁਣ ਤਾਂ ਮੁੜ ਚੱਲੇ ਯਾਰ ਸਾਰਾ ਤਾਂ ਪਿੰਡ ਬਗਲਤਾ ਓਏ ਹੋਰ ਯਾਰ ਕੱਲੀ ਕੱਲੀ ਗਲੀ ਚ ਦੇਖ ਲਿਆ ਕਿਤੇ ਨਹੀਂ ਮਿਲਿਆ ਬੜਾਇਆ ਹੁਣ ਲੱਗਦਾ ਨਹੀਂ ਕੋਈ ਤੰਤ ਗੱਲ ਕਿੱਥੇ ਹੁੰਦਾ ਓਏ ਹੋਰ ਯਾਰ ਉਹ ਨਹੀਂ ਕਹਿੰਦਾ ਹੁਣ ਰਾਤ ਨੂੰ ਮੁੜ ਚੱਲੇ ਯਾਰ ਫਿਰ ਹੁਣ ਚੱਲ ਹੁਣ ਤਾਂ ਮੁੜਨਾ ਹੀ ਪਊਗਾ ਆਪੀ ਆ ਯਾਰ ਟੱਕੇ ਟੁੱਕੇ ਖਾ ਕੇ ਹੋਰ ਸੌਂਦੇ ਆ ਚੱਲ ਕੇ ਆ ਜਾ ਬੇਬੇ ਨੂੰ ਕਹਿ ਦਾਂਗੇ ਵੀ ਥਿਆ ਨਹੀਂ ਬੇਬੇ ਤਾਂ ਆ ਜਾ ਆ ਜਾ ਉਹ ਨਹੀਂ ਥਾਉਂਦਾ ਹੁਣ ਆ ਜਾ ਦੇਖ ਲੈ ਕੀ ਸਰ ਮਲਾਈ ਤੋਂ ਬੜਾ ਯਾਰ ਗਮਾਚਾ ਬੜਾ ਹਨਾ ਪਿੰਡ ਚ ਉਹ ਤੈਨੂੰ ਵੀ ਕੁਛ ਲੱਗਿਆ ਉਹ ਮੈਨੂੰ ਤਾਂ ਬੁੜਾ ਜਿਹਾ ਲੱਗਿਆ ਯਾਰ ਆਪਣੇ ਵਾਲਾ ਮੈਨੂੰ ਤਾਂ ਆਪਦਾ ਚਾਦਰਾ ਜਿਹਾ ਦਿਸਿਆ ਉਹ ਮੈਨੂੰ ਕੁੜੀ ਕੀ ਲੱਗੀ ਆ ਦੇਖੀ ਭੱਜਦੀ ਭਾਵੇਂ ਯਾਰ ਕੋਈ ਹੋਰ ਨਾ ਤਾਪੇ ਚ ਲਾ ਜੇ ਕਿਸੇ ਤੇ ਉਹ ਹੋਰ ਗੱਡੂ ਬੰਝ ਕੋਈ ਨਾ ਕੋਈ ਤਾਂ ਹੋਰ ਭਾਵੇਂ ਯਾਰ ਇੱਕ ਭਾਫ ਜੀ ਲਈ ਫਿਰਦਾ ਦੇ ਲੈ ਕੇ ਮੈਂ ਭੱਜਿਆ ਫਿਰਦਾ ਹਨਾ ਉਹ ਬਾਬੀ ਨੇ ਕਿਹਾ ਤਾਂ ਕਹਿੰਦੇ ਤੇ ਸਿਰ ਨੂੰ ਕਾਮ ਚੜੂਗਾ ਕਾਮ ਤਾਂ ਚੜ ਗਿਆ ਆ ਜਾ ਫਿਰ ਫੜ ਕੇ ਆਪਾਂ ਚੱਲ ਦੇਖਦੇ ਆ ਜਾ ਹੋਈ ਚੱਲ ਉਹਨੂੰ ਪਤਾ ਨਾ ਲੱਗ ਜੇ ਤੂੰ ਬਿਮਾਰੀ ਪੈਣਾ ਆਏ ਨੀ ਮੈਂ ਮਰਦੀ ਤੂੰ ਮਰਵਾ ਦੇਗਾ ਮੈਨੂੰ ਇੱਥੇ ਕਿਧਰੇ ਨਹੀਂ ਮਰਦੀ ਮਰੀ ਜਾਂਦੀ ਹਾਂ ਇੱਥੇ ਹਿਸਾਬ ਚ ਕਿਵੇਂ ਆਊ ਕੰਮ ਚ ਕਿੰਨੇ ਵਾਰ ਤਾਂ ਕਰਕੇ ਗਿਆ ਭੁੱਲ ਗਈ ਹੁਣ ਭੁੱਲ ਗਈ ਇੱਥੇ ਮੇਰੇ ਵੀ ਗਿੱਤੇ ਤੜਾਵੇਂਗਾ ਕਿਧਰੇ ਨਹੀਂ ਗੁੱਤੇ ਤੇਰੇ ਮਾਤਾ ਮੋੜੀਆਂ ਫੜ ਕੇ ਖੜੇ ਮੇਰੇ ਤਾਂ ਮੋੜਾਂ ਨਾ ਫੜ ਕੇ ਆਹ ਇੱਥੇ ਲੋਟ ਨਹੀਂ ਆਉਣਾ ਆ ਜੀਗਾ ਲੋਟ ਤੇ ਖੜਾ ਕੇ ਮੈਂ ਖੜਾ ਤੇਰੇ ਸਾਹਮਣੇ